ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਹ ਨੀ ਤਰੀਕ ਤੋਂ ਪੰਜਾਬੀਆਂ ਨੂੰ ਮੁਫਤ ਮਿਲੇਗੀ ਬਿਜਲੀ ਸਾਰੇ ਪੰਜਾਬ 'ਚ ਸ਼ਾਈ ਖੁਸ਼ੀ ਦੀ ਲਹਿਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜ ਜਿਨਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਆਮ ਆਨਵੀ ਪਾਰਟੀ ਨੇ ਪੰਜਾਬ 'ਚ ਲੋਕਾਂ ਦਿੱਤੀਆਂ ਗਰੰਟੀ ਨੂੰ ਲਾਗੂ ਕਰਨ ਲਈ ਕਮਰ ਕਾਸਲੇ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਸਿੱਧ ਤੇ ਸਿੱਖਿਆ ਦੀ ਬੁਨਿਆਦੀ ਢਾਂਚੇ ਲਈ ਰੋਡ ਮੈਪ ਤਿਆਰ ਕਰਨ ਤੇ ਸਾਰਿਆਂ ਨੂੰ 300 ਯੂਨਿਟ ਮੁਫਤ ਬਿਜਲੀ ਯਕੀਨੀ ਬਣਾਉਣ ਲਈ ਕਥਿਤ ਤੌਰ ਤੇ ਕਾਰਵਾਈ ਸ਼ੁਰੂ ਕਾੜ ਦਿੱਤੀ ਗਈ ਹੈ ਡੇਟ ਬਰੂਨ ਨੇ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਵੇਂ ਸਰਕਾਰ ਦਾ ਮੁੱਖ ਫੋਕਸ ਸੋਚ ਚੁੱਕ ਸਮਾਗਮ ਨੂੰ ਸਚਾਰੂ ਟਾਂਗਣਾ ਨਪੇੜੇ ਚਾੜਨ ਦਾ ਹੈ ਪਰ ਪਾਰਟੀ ਦੇ ਉੱਚ ਅਹੁਦੇਦਾਰ ਪਹਿਲਾ ਹੀ ਸਿੱਖਿਆ ਅਤੇ ਸਿਹਤ ਨੀਤੀਆਂ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਆਪ ਦੇ ਕੌਮਿਕਨ ਵਿਰਣ ਅਰਵਿੰਦ ਕੇ ਜੀਵਾਰ ਵੱਲੋਂ 3 ਯੂਨਿਟ ਮੁਫਤ ਬਿਜਲੀ ਦੇਣ ਦੀ ਗਰੰਟੀ 1 April ਨੂੰ ਲਾਗੂ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਖਬਰ ਲਾ ਸਕਦੇ ਕੱਲ ਨੂੰ ਤੁਹਾਡਾ ਬਹੁਤ ਬਹੁਤ